ਬਹੁਤੀਆਂ ਹਾਲਤਾਂ ਦੇ ਵਿੱਚ ਇਹ ਸਮਝਣ ਦੀ ਲੋੜ ਹੈ ਕਿ ਰਿਸ਼ਤਾ ਕੋਈ ਵੀ ਸਿੱਧਾ ਨਹੀਂ ਹੁੰਦਾ ਹੁੰਦਾ ਹਮ ਮੈਂ ਤਾਂ ਆਪਣੇ ਵਿਦਿਆਰਥੀਆਂ ਨੂੰ ਇਹ ਕਹਿੰਦਾ ਹੁੰਦਾ ਜਦੋਂ ਵੀ ਕਿਸੇ ਲੜਕੇ ਲੜਕੀ ਦਾ ਪਿਆਰ ਹੋਏਗਾ 6 ਤੋਂ 8 ਮਹੀਨੇ ਦੇ ਵਿੱਚ ਵਿੱਚ ਕੋਈ ਤੀਜਾ ਬੰਦਾ ਪੈਦਾ ਹੋ ਜਾਏਗਾ ਉਹ ਲੜਕੀ ਵੀ ਹੋ ਸਕਦੀ ਹੈ ਉਹ ਲੜਕਾ ਵੀ ਹੋ ਸਕਦਾ ਉਸ ਤੋਂ ਬਾਅਦ ਉਸ ਪਿਆਰ ਕਰਨ ਵਾਲੇ ਲੜਕੇ ਲੜਕੀ ਦੀ ਸਾਰੀ ਗੱਲਬਾਤ ਜਿਹੜੀ ਹੈ ਨਾ ਉਹ ਤੀਜੇ ਬੰਦੇ ਦੇ ਨਾਲ ਜਿਹੜੀ ਹੈ ਨਾ ਉਹ ਹੋਏਗੀ ਭਈ ਤੂੰ ਉਸ ਨਾਲ ਕਿਉਂ ਗੱਲ ਕਰਦਾ ਤੂੰ ਉਸ ਨੂੰ ਕਿਉਂ ਮਿਲਦਾ ਤੂੰ ਉਸ ਨੂੰ ਕਿਉਂ ਕਰਦਾ ਸੋ ਇਹ ਇੱਕ ਬੜੀ ਵੱਡੀ ਪ੍ਰੋਬਲਮ ਹੈਗੀ ਹੈ ਜਦੋਂ ਪਤੀ ਪਤਨੀ ਕਿਸੇ ਸਮਾਗਮ ਤੇ ਜਾਂਦੇ ਹਨ ਨਾ ਤੇ ਉਥੇ ਪਤਨੀ ਜਿਹੜੀ ਹੈ ਉਹ ਜਿਆਦਾ ਕੋਖਵੀਂ ਨਜ਼ਰ ਨਾਲ ਵੇਖਦੀ ਹੈ ਕਿ ਮੇਰਾ ਪਤੀ ਕਿਸ ਨਾਲ ਗੱਲ ਕਰਦਾ ਮਤਲਬ ਉਹਨੂੰ ਆਪਣਾ ਵਿਹਾਰ ਠੀਕ ਲੱਗਦਾ ਹੂੰ ਇਹ ਬੜਾ ਵੱਡਾ ਨੁਕਸ ਹੈ ਲੋਕਾਂ ਦੇ ਵਿੱਚ ਉਹ ਆਪਣੇ ਵਿਹਾਰ ਨੂੰ ਠੀਕ ਸਮਝਦੇ ਹਨ ਤੇ ਨੁਕਸ ਦੂਜੇ ਦੇ ਵਿਹਾਰ ਦੇ ਵਿੱਚ ਕੱਢਦੇ ਹਨ ਬਿਲਕੁਲ ਦੂਜੇ ਦੇ ਵਿਹਾਰ ਨੂੰ ਪਹਿਲਾਂ ਸਿਚੁਏਸ਼ਨ ਵੇਖੋ ਜਿਹੜਾ ਜਦੋਂ ਵੀ ਹਸਬੈਂਡ ਵਾਈਫ ਇੱਕ ਦੂਜੇ ਦਾ ਟੈਲੀਫੋਨ ਫਰੋਲਣਗੇ ਗੜਬੜ ਹੋਵੇਗੀ ਹੂੰ ਕਈ ਵਾਰੀ ਕੀ ਹੁੰਦਾ ਮੈਸੇਜ ਬੜਾ ਸਿੰਪਲ ਹੀ ਹੁੰਦਾ ਸਧਾਰਨ ਹੀ ਹੁੰਦਾ ਹੂੰ ਪਰ ਕਿਉਂਕਿ ਪਤੀ ਪਤਨੀ ਨੂੰ ਉਸ ਮੈਸੇਜ ਦਾ ਕੰਟੈਕਸਟ ਨਹੀਂ ਪਤਾ ਹੁੰਦਾ ਹਾਂ ਸੰਦਰਭ ਨਹੀਂ ਪਤਾ ਹੁੰਦਾ ਵੀ ਇਹ ਮੈਸੇਜ ਦੇਣ ਦੀ ਲੋੜ ਕਿਉਂ ਪਈ ਇਹ ਮੈਸੇਜ ਦਾ ਅਸਲ ਮਤਲਬ ਕੀ ਹੈਗਾ ਤੇ ਉਹ ਕੀ ਕਰਦਾ ਕਿ ਇੱਕ ਦੂਜੇ ਦੇ ਨਾਲ ਮਨ ਮਟਾਓ ਜਿਹੜਾ ਹੈ ਉਹਨਾਂ ਦਾ ਹੋ ਜਾਂਦਾ ਹੈਗਾ ਉਹ ਲੜਨ ਲੱਗ ਪੈਂਦੇ ਆ ਲੜਨ ਲੱਗ ਪੈਂਦੇ ਇੱਕ ਦੂਜੇ ਤੇ ਤੁਮਤਾਂ ਲਾਉਣ ਲੱਗ ਪੈਂਦੇ ਆ ਇਹ ਆਮ ਤੌਰ ਤੇ ਹੁੰਦਾ ਜਿਨ੍ਹਾਂ ਦੇ ਪਿਆਰ ਵਿਆਹ ਹੁੰਦੇ ਆ ਨਾ ਮੇਰਾ ਇੱਕ ਵਾਕ ਹੈਗਾ ਵੀ ਜੇ 5 ਸਾਲ ਪਿਆਰ ਰਿਹਾ ਹੋਵੇ ਤੇ ਵਿਆਹ ਹੋ ਜਾਵੇ ਇੱਕ ਹਫ਼ਤੇ ਬਾਅਦ ਹੂੰ ਵਿਆਹ 5 ਸਾਲ 5 ਦਿਨ ਪਰ ਵਿਆਹ ਇੱਕ ਹਫ਼ਤਾ ਪੁਰਾਣਾ ਨਹੀਂ ਹੁੰਦਾ 5 ਸਾਲ ਹੀ ਹਫ਼ਤਾ ਪੁਰਾਣਾ ਹੁੰਦਾ ਬਿਲਕੁਲ ਉਹ ਪੁਰਾਣੀਆਂ ਰੜਕਾਂ ਨਾ ਜਿਹੜੀਆਂ ਜ਼ਿੰਦਗੀ ਦੀ ਅਸੰਤੁਸ਼ਟਤਾ ਹੂੰ ਬੰਦੇ ਨੂੰ ਮਜਬੂਰ ਕਰਦੀ ਹੈ ਕਿ ਉਹ ਆਪਣੀਆਂ ਸਮੱਸਿਆਵਾਂ ਦਾ ਦੋਸ਼ ਕਿਸੇ ਹੋਰ ਤੇ ਦੇਵੇ ਬਿਲਕੁਲ ਔਰਤ ਵਾਸਤੇ ਪੁਰਸ਼ ਦਾ ਸਭ ਤੋਂ ਵੱਡਾ ਨੁਕਸ ਇਹ ਹੈ ਕਿ ਪੁਰਸ਼ ਉਸ ਦਾ ਪਤੀ ਹੈ ਮਤਲਬ ਉਸ ਦਾ ਪਤੀ ਜਿਹੜਾ ਨਾ ਉਹਦੇ ਵਿੱਚ ਨੁਕਸ ਹੈ ਬਾਕੀ ਸਾਰੇ ਪੁਰਸ਼ ਠੀਕ ਹਨ ਹਮ ਬਾਕੀ ਸਾਰੇ ਪੁਰਸ਼ ਠੀਕ ਹਨ ਇਹ ਬੜੀ ਵੱਡੀ ਸਮੱਸਿਆ ਹੈ ਮੈਂ ਤੁਹਾਨੂੰ ਦੱਸਾਂ ਪਰ ਚੁਟਕਲੇ ਤਾਂ ਤੁਸੀਂ ਬੀਬੀਆਂ ਤੇ ਜ਼ਿਆਦਾ ਬਣਾਈ ਜਾਂਦੇ ਹੋ ਕਿ ਵਈ ਅੱਜ ਕੱਲ ਜਿਹੜਾ ਵੀ ਚੁਟਕਲਾ ਦੂਜਾ ਤੀਜਾ ਹਰ ਇੱਕ ਚੁਟਕਲਾ ਬੀਬੀ ਤੇ ਬਣਿਆ ਹੋਇਆ ਕਿ ਬੀਬੀਆਂ ਵਿਆਹ ਵਾਲੀਆਂ ਵਿਆਹ ਹੋ ਜਾਂਦਾ ਜਦੋਂ ਉਹ ਘਰ 'ਚ ਇੰਨੀਆਂ ਸਮੱਸਿਆਵਾਂ ਪੈਦਾ ਕਰਦੀਆਂ ਨੇ ਨਹੀਂ ਚੁਟਕਲੇ ਤਾਂ ਆਦਮੀਆਂ ਦੇ ਵੀ ਹੈਗੇ ਆ ਤੁਸੀਂ ਕਦੇ ਔਰਤਾਂ ਨੂੰ ਗੱਲਬਾਤ ਕਰਦੇ ਸੁਣਿਆ ਹਾਂਜੀ ਔਰਤਾਂ ਜਦੋਂ ਵੀ ਕਿਸੇ ਪੁਰਸ਼ ਬਾਰੇ ਗੱਲ ਕਰਨ ਗਈਆਂ ਨਾ ਉਸਨੂੰ ਬੇਵਕੂਫ ਬਣਾ ਰਹਿਣ ਗਿਆ ਜਾਂ ਬੇਵਕੂਫ ਉਹਦੇ ਤੇ ਵਕੂਫ ਹੋਣ ਤੋਂ ਸ਼ੁਰੂ ਕਰਨ ਗਿਆ। ਹਮ ਇੱਕ ਤੀਵੀ ਨੇ ਦੂਜੀ ਨੂੰ ਕਿਹਾ ਕਿ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਪਛਤਾਵਾ ਇਹ ਹੈ ਜਿਸ ਬੰਦੇ ਨਾਲ ਮੈਂ ਵਿਆਹ ਕੀਤਾ। ਹਮ ਤੇ ਦੂਜੀ ਕਹਿੰਦੀ ਤੈਨੂੰ ਤਾਂ ਇੱਕੋ ਹੀ ਪਛਤਾਵਾ ਮੈਨੂੰ ਤਾਂ ਚਾਰ ਪਛਤਾਵੇ ਆ। ਸੋ ਚੁਟਕਲੇ ਜਿਹੜੇ ਹੈਗੇ ਆ ਉਹ ਉਹਨਾਂ ਦਾ ਉਦੇਸ਼ ਹੁੰਦਾ ਹੈ। ਹਮ ਟੁਟਕਲੇ ਸਾਡੇ ਮਨ ਦੇ ਵਿੱਚ ਪੈਦਾ ਹੋਈ ਉਹ ਟੈਨਸ਼ਨ ਨੂੰ ਦੂਰ ਕਰਨ ਵਾਸਤੇ ਹੁੰਦੇ। ਹਾਂਜੀ। ਮੈਂ ਇੱਕ ਲੇਖ ਲਿਖਿਆ ਸੀ ਕਿ ਔਰਤਾਂ ਜਿਆਦਾ ਗੱਲਾਂ ਕਿਉਂ ਕਰਦੀਆਂ ਹਨ? ਹੂੰ। ਉਹਨੂੰ ਠੀਕ ਤਾਂ ਸਮਝਿਆ ਨਹੀਂ ਮੈਂ ਉਹਦਾ ਫਿਰ ਸੋਚਿਆ ਵੀ ਇਹਦਾ ਜਿਹੜਾ ਸਿਲੇਖ ਹੈ ਨਾ ਔਰਤਾਂ ਨੂੰ ਜ਼ਿਆਦਾ ਵਧੇਰੇ ਗੱਲਾਂ ਕਰਨ ਦੀ ਲੋੜ ਕਿਉਂ ਪੈਂਦੀ ਹੈ? ਹੂੰ। ਔਰਤਾਂ ਕੋਲ ਕਰਨ ਵਾਲੀਆਂ ਗੱਲਾਂ ਜ਼ਿਆਦਾ ਹੁੰਦੀਆਂ। ਜ਼ਿਆਦਾ ਹੁੰਦੀਆਂ ਨੇ। ਬਿਲਕੁਲ। ਆਦਮੀ ਜਿਹੜਾ ਹੈ ਨਾ ਉਸ ਦਾ ਕੰਮ ਕੇਵਲ ਪੈਸੇ ਕਮਾਉਣਾ ਹੁੰਦਾ ਔਰਤ ਨੇ ਘਰ ਸਾਂਭਣਾ ਹੁੰਦਾ ਬੱਚੇ ਸਾਂਭਣੇ ਹੁੰਦੇ ਹਨ ਸੱਸ ਸਹੁਰਾ ਸਾਂਭਣਾ ਹੁੰਦਾ ਆਪਣੇ ਮਾਪੇ ਜਿਹੜੇ ਹਨ ਉਹਨਾਂ ਦਾ ਧਿਆਨ ਰੱਖਣਾ ਹੁੰਦਾ ਆਪਣੇ ਪ੍ਰਾਣਾ ਪਰਾਵਾ ਨਾਲ ਰਿਸ਼ਤੇਦਾਰਾਂ ਨਾਲ ਬਣਾ ਕੇ ਰੱਖਣੀ ਹੁੰਦੀ ਆ ਉਹਦੇ ਕੋਲ ਕਰਨ ਵਾਲੀਆਂ ਗੱਲਾਂ ਹੁੰਦੀਆਂ ਜਿਆਦਾ ਹੈਗੀਆਂ ਇਸ ਕਰਕੇ ਉਹ ਵਧੇਰੇ ਗੱਲਾਂ ਕਰਦੀਆਂ ਹਨ ਉਹਨਾਂ ਨੂੰ ਵਧੇਰੇ ਗੱਲਾਂ ਕਰਨ ਦੀ ਲੋੜ ਪੈਂਦੀ ਹੈ ਕਈ ਵਾਰੀ ਇਸ ਤਰ੍ਹਾਂ ਕਹਿੰਦੇ ਇਹ ਪਤੀ ਮੇਰੀ ਗੱਲ ਹੀ ਨਹੀਂ ਸੁਣਦਾ ਹੈ ਬਈ ਗੱਲ ਤਾਂ ਸੁਨੇਗਾ ਪਰੰਤੂ ਉਹ ਗੱਲ ਸੁਣਨ ਤੇ ਪੈਸੇ ਲੈਂਦਾ ਜੇ ਤੂੰ ਪੈਸੇ ਦੇਵੇਂ ਉਸ ਨੂੰ ਗੱਲ ਸੁਣਾਉਣ ਦੇ ਉਹ ਤੇਰੀ ਵੀ ਗੱਲ ਸੁਣੀ ਜਾਊਗਾ ਜੋ ਮਰਜੀ ਬੋਲੇ ਜਾ ਆਦਮੀ ਜਿਹੜਾ ਨਾ ਉਸ ਦੀ ਬਿਰਤੀ ਜਿਹੜੀ ਹੈ ਉਹ ਮਾਨਿਟਰੀ ਹੈ ਉਹ ਪੈਸੇ ਕਮਾਉਣ ਦੇ ਵਿੱਚ ਉਹਦੀ ਬਿਰਤੀ ਹੈਗੀ ਹੈ ਬਾਕੀ ਹੋਰ ਕਿਸੇ ਚੀਜ਼ ਦੇ ਵਿੱਚ ਉਹਦੀ ਉਵੇਂ ਨਹੀਂ ਹੈ ਨਾਲੇ ਔਰਤਾਂ ਦੇ ਵਿੱਚ ਹੋਰ ਹੈਗਾ ਤੁਸੀਂ ਕੋਈ ਗੱਲ ਜਿਹੜੀ ਹੈ ਨਾ ਔਰਤਾਂ ਦੇ ਗੈਦਰਿੰਗ ਦੇ ਵਿੱਚ ਕਰੋ ਨਾ ਤੇ ਔਰਤ ਸਮਝੇ ਮੈਨੂੰ ਲਾ ਕੇ ਕਹੀ ਜਾ ਰਹੀ ਹੈ ਉਹਨਾਂ ਨੂੰ ਕੋਈ ਚੁਟਕਲਾ ਵੀ ਸੁਣਾਓ ਨਾ ਤੇ ਉਹ ਸਮਝ ਨਹੀਂ ਕਿ ਇਹ ਮੈਨੂੰ ਜਿਹੜਾ ਨਾ ਮੇਰੇ ਵਿੱਚ ਨੁਕਸ ਕੱਟ ਰਿਹਾ ਹੈਗਾ ਇਹੋ ਜੀ ਗੱਲ ਨਹੀਂ ਹੁੰਦੀ ਹੈਗੇ ਥੋੜਾ ਜਿਆ ਖੁੱਲੇ ਖੁਲਾਸੇ ਸੁਭਾਅ ਦਾ ਹੋਣਾ ਚਾਹੀਦਾ ਹੈਗੇ ਜਿਹੜਾ ਬੰਦਾ ਕਾਲੇ ਰੰਗ ਦਾ ਹੈ ਨਾ ਤੇ ਮਧਰਾ ਤੇ ਮੋਟਾ ਜੇਕਰ ਉਹ ਆਪਣੇ ਇਹਨਾਂ ਤਿੰਨ ਔਗਣਾ ਤੇ ਦੋਸ਼ਾਂ ਤੇ ਆਪ ਹਾਸਲਵੇ ਨਾ ਕੋਈ ਇਹਨਾਂ ਨੂੰ ਉਹ ਕੋਈ ਵੀ ਉਹਦਾ ਮਖੌਲ ਨਹੀਂ ਉਡਾਏਗਾ ਹਾਂ ਜੇ ਉਹ ਆਪ ਹੀ ਕਹਿ ਦੇਣਾ ਕਿ ਮੈਂ ਤਾਂ ਤਵੇ ਵਰਗਾ ਕਾਲਾ ਹੈਗਾ ਮੈਂ ਤਾਂ ਫੁੱਟਬਾਲ ਵਰਗਾ ਮਧਰਾ ਹੈਗਾ ਸੋ ਕੋਈ ਉਹਦਾ ਮਖੌਲ ਨਹੀਂ ਉਡਾਏਗਾ ਜੇ ਮਖੌਲ ਤੁਸੀਂ ਆਪ ਐਸੇ ਕਰਕੇ ਮੈਂ ਕਹਿੰਦਾ ਹੈਗਾ ਜੇਕਰ ਤੁਸੀਂ ਕੋਈ ਇਹੋ ਜਿਹੀ ਗੱਲ ਕਰ ਰਹੇ ਹੋ ਜਿਸ ਦਾ ਤੁਹਾਡੀ ਪਤਨੀ ਨੂੰ ਪਤਾ ਲੱਗ ਹੀ ਜਾਣਾ ਤੇ ਉਸ ਨੇ ਇਹਦੇ ਗਲਤ ਅਰਥ ਕੱਢਣੇ ਆ ਤੁਸੀਂ ਆਪ ਹੀ ਉਸ ਨੂੰ ਦੱਸ ਦਿਓ ਤਾਂ ਕਿ ਉਹ ਉਸ ਦੇ ਗਲਤ ਅਰਥ ਨਾ ਕੱਢੇ ਸੋ ਪਤੀ ਪਤਨੀ ਨੂੰ ਇਹ ਜਿਹੜਾ ਤਿਕੋਣ ਬਣ ਜਾਂਦੀ ਹੈ ਨਾ ਰਿਸ਼ਤੇ ਦੇ ਧਰਮ ਇਸ ਸਮੱਸਿਆ ਨੂੰ ਹੱਲ ਨਹੀਂ ਕਰ ਸਕਿਆ ਹਰ ਧਰਮ ਨੇ ਵਿਆਹ ਤੋਂ ਬਾਹਰ ਇਸ ਮੰਨਾਂ ਦੀ ਨਿੰਦਾ ਕੀਤੀ ਹੈ ਪਰੰਤੂ ਹੱਲ ਨਹੀਂ ਕਰ ਸਕਿਆ ਇਸ ਸਮੱਸਿਆ ਨੂੰ ਇਹ ਹਰ ਯੁੱਗ ਦੇ ਵਿੱਚ ਹਰ ਦੌਰ ਦੇ ਵਿੱਚ ਇਸ ਸਮੱਸਿਆ ਬਣੀ ਰਹੀ ਹੈ